राज्य की रानी भी कर रही है कमाल। पंजाब की दूजी हरसिमरत बनने की तैयारी विच अमृता वड़िंग। राजे दे मोढे नाल मोढा जोड़ के खड़ी रहती है उसकी राणी। कि 2022 दीयां चोणां विच अमृता वड़िंग आएगी नजर। अमृता वड़िंग ट्रांसपोर्ट मंत्री राजा वड़िंग की पत्नी अमृता वड़िंग नूं कौन नहीं जानता। उन्हां दे अंदाज ते खूबसूरती दे चर्चे तां हर पासे ने, पर उस तों वी ज्यादा उह चर्चा विच रहिंदे ने अपने राजे यानी कि राजा वड़िंग की ढाल बन के। अमृता राजा वड़िंग दे नाल हर थां कदम नाल कदम मिलाउंदी दिखाई दिंदी है। गल उसके हल्के विच लोकां दा हाल चानण दी होवे या फिर विरोधियों उत्ते निशाने विन्नण दी, अमृता किते भी पिछे नहीं रहिंदी। चर्चावां तां इह वी रहिंदियां ने कि अमृता जल्दी पंजाब दी सियासत विच नजर आ सकती है। हालांकि इस बारे अमृता जां राजा वड़िंग ने कुछ नहीं किया। लोग कहिंदे ने कि अमृता पंजाब दी सियासत विच दूजी हरसिमरत बादल बनन दी काबिलियत रखती है ते हरसिमरत बादल उत्ते निशाने लगा के वह इस वल कदम वधाउंदी विखाई भी दिंदी है। राजा वड़िंग जे गिदड़बाहा दे लोकां विच विचरदा दिखाई दिंदा है तां अमृता वड़िंग भी घट नहीं है। अमृता भी हल्के विच जांदे ने तां लोकां दा हाल चाल पुछदे जांदे ने। जे राजा वड़िंग बादलां नूं वंगारदे ने ते उहनां दीआं बसां ते ब्रेकां लगाउंदे नजर आउंदे ने तां अमृता वड़िंग भी निशाने लगाउण च घट नहीं करदी। अमृता वड़िंग तां इत्थे तक कह दिंदी है कि हाई कमान ने बादलां नाल भिड़न लई ही राजा वड़िंग नूं मंत्री बनाया। 2019 दीआं लोक सभा चोणां विच राजा वड़िंग ने जे बठिंडा हल्के च ताबड़ तोड़ रैलियां कीतियां तां अमृता वड़िंग ने भी दिन रात एक कर दिता। मंच ते ओह किसे मंजे होए नेता वांग बोलदी है ते सुनण वाले उहनां दी गल नूं ध्यान नाल सुणन लई मजबूर हो जांदे ने। ਬੀਬਾ ਬਾਦਲ ਇੱਥੋਂ ਐਮ ਪੀ ਨੇ 10 ਸਾਲਾਂ ਤੋਂ। ਮੈਨੂੰ ਲੱਗਦਾ ਬੀਬਾ ਬਾਦਲ ਕਿੰਨੀ ਵਾਰੀ ਆਏ ਆ ਬੁਢਲਾਡੇ ਚ? ਇੱਕ ਜਾਂ ਦੋ ਵਾਰੀ। ਤੇ ਤੁਹਾਨੂੰ ਮੈਂ ਇੱਕ ਗੱਲ ਦੱਸਣਾ ਚਾਹੂੰਗੀ ਕਿ ਬੀਬਾ ਬਾਦਲ ਨੇ ਇੰਨਾ ਡੰਕਾ ਵਜਾਇਆ ਹੋਇਆ ਦੁਨੀਆ ਭਰ ਤੇ ਕਿ ਮੈਂ ਵਿਕਾਸ ਕੀਤਾ ਵਿਕਾਸ ਕੀਤਾ, ਮੈਂ ਬਹੁਤ ਪੈਸਾ ਦਿੱਤਾ। ਵੀਰੇ ਮੈਂ ਸਾਰੇ ਹਲਕਿਆਂ ਚ ਜਾ ਰਹੀ ਹਾਂ, 209 ਪਿੰਡ ਪੂਰੇ ਕਰ ਲਏ ਅੱਜ ਮੈਂ, ਤੇ ਹਰ ਸ਼ਾਮ ਨੂੰ ਮੈਂ ਸ਼ਹਿਰ ਚੁੰਨੀ ਹਾਂ। ਪਰ ਇੰਨਾ ਮੰਦਾ ਹਾਲ ਕਿਸੇ ਸ਼ਹਿਰ ਦਾ ਨਹੀਂ ਵੇਖਿਆ ਜਿੱਥੇ ਗਟਰ ਦੇ ਪਾਣੀ ਦਾ ਤਲਾਬ ਬਣਿਆ ਹੋਇਆ ਹੋਵੇ ਤੇ ਕਹਿੰਦੇ ਆ ਜੀ ਪੀਣ ਵਾਲੇ ਪਾਣੀ ਦੇ ਵਿੱਚ ਵੀ ਸੀਵਰੇਜ ਵਾਲਾ ਪਾਣੀ ਮਿਕਸ ਆਉਂਦਾ। ਬੜੇ ਲੀਡਰ ਵਾਅਦਾ ਕਰਕੇ ਗਏ ਹੋਣੇ ਆ, ਬਹੁਤ ਬੀਬਾ ਜੀ ਨੇ ਗੱਲਾਂ ਕੀਤੀਆਂ ਹੋਣੀਆਂ ਤੁਹਾਡੇ ਨਾਲ। ਇੱਕ ਇਹ ਵਾਅਦਾ ਕਰਦੀਆਂ ਕਿ ਤੁਹਾਡੇ ਉਸ ਪਾਣੀ ਦਾ ਨਿਕਾਸ ਕਰਾ ਕੇ ਸਭ ਤੋਂ ਪਹਿਲਾਂ ਵੋਟਾਂ ਮੰਗਣ ਤੋਂ ਪਹਿਲਾਂ ਇਹ ਗੱਲ ਕਰੂੰਗੀ ਤੁਹਾਡੇ ਨਾਲ ਕਿ ਤੁਹਾਡੇ ਉਸ ਪਾਣੀ ਦਾ ਨਿਕਾਸ ਕਰਾ ਕੇ ਤੇ ਤੁਹਾਡੇ ਉੱਥੇ ਪਾਰਕ ਬਣਾ ਦਿਆਂਗੇ, ਉਹਦੇ ਜਿਤਾ ਕੇ ਲਿਆਓ। ਪਹਿਲਾ ਕੰਮ ਇਹ ਕਰਨਾ। ਬੀਬਾ ਜੀ ਨੂੰ ਫੂਡ ਪ੍ਰੋਸੈਸਿੰਗ ਮਿਨਿਸਟਰ ਬਣਾਇਆ ਤੁਸੀਂ, ਪਰ ਮੈਂ ਜਿੰਨੇ ਪਿੰਡਾਂ 'ਚ ਅਤੇ ਜਿੰਨੇ ਸ਼ਹਿਰਾਂ 'ਚ ਜਾ ਕੇ ਆਈ ਹੈ, ਹਰ ਪਿੰਡ ਦੇ ਵਿੱਚ ਹਰ ਇੱਕ ਪਿੰਡ ਦੇ ਵਿੱਚ ਲੋਕ ਐਂ ਹੀ ਬੇਸਿਕ ਨੈਸੈਸਿਟੀਜ਼ ਨੂੰ ਰੋਂਦੇ ਵੇਖੇ ਹੈ। ਜਦੋਂ ਮਾੜੇ ਬੰਦੇ ਨੂੰ ਚੁਣ ਕੇ ਗੱਦੀ ਤੇ ਬਾ ਦਈਏ ਨਾ ਤਾਂ ਸਭ ਤੋਂ ਪਹਿਲਾਂ ਤੁਹਾਡੇ ਘਰ ਬਰਬਾਦ ਹੁੰਦੇ ਹੈ। ਸਭ ਤੋਂ ਪਹਿਲਾਂ ਉਹਦਾ ਅਸਰ ਤੁਹਾਡੇ ਘਰਾਂ ਤੇ ਪੈਂਦਾ ਹੈ। ਤਾਂ ਗਿੱਦੜਬਾਹਾ ਦੇ ਵਿੱਚ ਨਾ ਅਕਾਲੀਆਂ ਦਾ ਖੌਫ ਬਹੁਤ ਸੀ, ਇੰਨਾ ਖੌਫ ਸੀ, ਕਹਿੰਦੇ ਸੀ ਜੀ ਜਿਹੜਾ ਵੋਟ ਮੰਗਣ ਗਿਆ ਨਾ ਉਹਦੇ ਤੇ ਝੂਠਾ ਪਰਚਾ ਕਰ ਦਿਆਂਗੇ। ਇਹ ਹਾਲਾਤ ਸੀ ਗਿੱਦੜਬਾਹਾ ਦੇ। ਤੇ ਗਿੱਦੜਵੇ ਵਾਲਿਆਂ ਨਾਲ ਇੱਕ ਵਾਅਦਾ ਕੀਤਾ ਸੀ ਕਿ ਜੇ ਝੂਠੇ ਪਰਚਿਆਂ ਦਾ ਰਿਵਾਜ਼ ਗਿੱਦੜਵੇ ਚੋਂ ਨਾ ਮੁਕਾਵਾਂ ਤਾਂ ਦੂਜੀ ਵਾਰੀ ਵੋਟ ਮੰਗਣ ਨਹੀਂ ਆਉਂਦੀ ਤੁਹਾਡੇ ਚੋਂ, ਤੇ ਜੜੋਂ ਪੜਤੇ ਉੱਥੋਂ ਇਹ ਰਿਵਾਜ਼। ਰਾਜਾ ਵੜਿੰਗ ਨੇ ਟਰਾਂਸਪੋਰਟ ਮੰਤਰੀ ਬਣਨ ਤੋਂ ਬਾਅਦ ਗਿੱਦੜਬਾਹਾ ਦੇ ਲੋਕਾਂ ਦਾ ਧੰਨਵਾਦ ਕਰਨ ਲਈ ਰੈਲੀ ਕੱਢੀ ਤਾਂ ਅੰਮ੍ਰਿਤਾ ਉਹਨਾਂ ਦੇ ਨਾਲ ਓਪਨ ਕਾਰ ਵਿੱਚ ਲੋਕਾਂ ਦਾ ਧੰਨਵਾਦ ਕਰਦੀ ਦਿਖਾਈ ਦਿੱਤੀ। ਕਿਸਾਨਾਂ ਦੇ ਹੱਕਾਂ ਲਈ ਰਾਜਾ ਵੜਿੰਗ ਨੇ ਟਰੈਕਟਰ ਰੈਲੀ ਕੱਢੀ ਤਾਂ ਟਰੈਕਟਰ ਦੀ ਖੱਬੀ ਸੀਟ ਉੱਤੇ ਉਹਨਾਂ ਦੀ ਰਾਣੀ ਵੀ ਸੀ। ਰਾਜਾ ਵੜਿੰਗ ਨੇ ਕੈਬਨਿਟ ਮੰਤਰੀ ਦੇ ਤੌਰ ਉੱਤੇ ਆਪਣਾ ਅਹੁਦਾ ਸੰਭਾਲਿਆ
ਤਾਂ ਅਮ੍ਰਿਤਾ ਤੇ ਪੂਰਾ ਪਰਿਵਾਰ ਉੱਥੇ ਵੀ ਉਹਨਾਂ ਦੇ ਨਾਲ ਦਿਖਾਈ ਦਿੱਤਾ। ਨੇਤਾਵਾਂ ਦੀਆਂ ਪਤਨੀਆਂ ਉਹਨਾਂ ਦੇ ਨਾਲ ਉਹਨਾਂ ਦੀਆਂ ਖੁਸ਼ੀਆਂ ਸਾਂਝੀਆਂ ਕਰਦੀਆਂ ਤਾਂ ਅਕਸਰ ਦੇਖੀਆਂ ਜਾਂਦੀਆਂ ਨੇ, ਪਰ ਸ਼ਾਇਦ ਹੀ ਸਿਆਸਤ ਤੋਂ ਦੂਰ ਰਹਿ ਕੇ ਵੀ ਕਿਸੇ ਨੇਤਾ ਦੀ ਪਤਨੀ ਸਿਆਸੀ ਗਤੀਵਿਧੀਆਂ ਵਿੱਚ ਇੰਨੀ ਸਰਗਰਮ ਦਿਖਾਈ ਦਿੰਦੀ ਹੈ ਜਿੰਨੀ ਅਮ੍ਰਿਤਾ ਵੜਿੰਗ ਦਿਖਾਈ ਦੇ ਰਹੀ ਹੈ। ਗੱਲ ਸਿੱਧੂ ਨਾਲ ਦੋਸਤੀ ਨਿਭਾਉਣ ਦੀ ਹੋਵੇ ਜਾਂ ਕੈਪਟਨ ਅਮਰਿੰਦਰ ਸਿੰਘ ਦੇ ਮਾਨ ਸਨਮਾਨ ਵਾਲੀ ਰਸਮੀ ਮਿਲਣੀ ਹੋਵੇ, ਹਰ ਤਸਵੀਰ ਵਿੱਚ ਤੁਸੀਂ ਰਾਜੇ ਨਾਲ ਉਸਦੀ ਰਾਣੀ ਨੂੰ ਦੇਖ ਸਕਦੇ ਹੋ। ਉਹ ਦੋਸਤੀਆਂ, ਰਿਸ਼ਤੇਦਾਰੀਆਂ ਤੇ ਦੁਸ਼ਮਣੀਆਂ ਨਿਭਾਉਣਾ ਖੂਬ ਜਾਣਦੀ ਹੈ। ਚਾਹੇ ਅਮ੍ਰਿਤਾ ਵੜਿੰਗ ਨੂੰ ਅਸੀਂ ਰਾਜਾ ਵੜਿੰਗ ਦੀ ਪਤਨੀ ਦੇ ਤੌਰ ਤੇ ਜਾਣਦੇ ਹਾਂ, ਪਰ ਅਮ੍ਰਿਤਾ ਦੀ ਆਪਣੇ ਪੱਧਰ ਉੱਤੇ ਵੀ ਇੱਕ ਵੱਖਰੀ ਪਛਾਣ ਹੈ। ਅਮ੍ਰਿਤਾ ਸਮਾਜ ਭਲਾਈ ਦੇ ਕੰਮ ਲਈ ਅਕਸਰ ਮੋਹਰੀ ਰਹਿੰਦੀ ਹੈ। ਅਮ੍ਰਿਤਾ ਇੱਕ NGO ਆਸਰਾ ਫਾਊਂਡੇਸ਼ਨ ਚਲਾਉਂਦੀ ਹੈ। ਉਹ ਇਸ NGO ਦੀ ਸੰਸਥਾਪਕ ਤੇ ਪ੍ਰੈਜ਼ੀਡੈਂਟ ਹੈ। ਇਹ NGO ਗਰੀਬ ਬੇਸਹਾਰਾ ਲੋਕਾਂ ਦੇ ਮੁਫ਼ਤ ਇਲਾਜ ਲਈ ਕੈਂਪ ਲਗਾਉਂਦੀ ਹੈ, ਜਿਸ ਰਾਹੀਂ ਕਾਫ਼ੀ ਲੋਕ ਆਪਣਾ ਇਲਾਜ ਕਰਵਾ ਕੇ ਤੰਦਰੁਸਤ ਹੋ ਚੁੱਕੇ ਨੇ। ਅਮ੍ਰਿਤਾ ਇਸ NGO ਦਾ ਸਾਰਾ ਕੰਮ ਕਾਜ ਖੁਦ ਦੇਖਦੀ ਹੈ। ਰਾਜਾ ਵੜਿੰਗ ਵੀ ਅਮ੍ਰਿਤਾ ਦੀਆਂ ਖੂਬ ਤਾਰੀਫਾਂ ਕਰਦੇ ਨੇ। 8 ਨਵੰਬਰ ਨੂੰ ਅਮ੍ਰਿਤਾ ਦੇ ਜਨਮ ਦਿਨ ਤੇ ਰਾਜਾ ਵੜਿੰਗ ਨੇ ਉਹਨਾਂ ਨੂੰ ਵਧਾਈ ਦਿੰਦੇ ਹੋਏ ਲਿਖਿਆ, ਤੁਸੀਂ ਜਿਸ ਤਰ੍ਹਾਂ ਹੋ ਉਸੇ ਤਰ੍ਹਾਂ ਇਸ ਦੁਨੀਆ ਨੂੰ ਇੱਕ ਬਿਹਤਰ ਥਾਂ ਬਣਾਇਆ। ਤੁਸੀਂ ਮੈਨੂੰ ਬਹੁਤ ਪ੍ਰੇਰਨਾ ਦਿੰਦੇ ਹੋ। ਤੁਹਾਡੇ ਨਾਲ ਜ਼ਿੰਦਗੀ ਸਾਂਝੀ ਕਰਨਾ ਸੱਚਮੁੱਚ ਅਸਲੀ ਖੁਸ਼ੀ ਹੈ। ਹੈਪੀ ਬਰਥਡੇ ਅਮ੍ਰਿਤਾ ਵੜਿੰਗ। ਅਸੀਂ ਤਾਂ ਇਹੀ ਕਹਾਂਗੇ ਕਿ ਇਸ ਜੋੜੀ ਦਾ ਪਿਆਰ ਇਸੇ ਤਰ੍ਹਾਂ ਬਣਿਆ ਰਹੇ, ਪਰ ਸਿਆਸਤ ਵਿੱਚ ਅਮ੍ਰਿਤਾ ਦੀ ਐਂਟਰੀ ਕਦੋਂ ਹੁੰਦੀ ਹੈ ਇਹ ਦੇਖਣ ਵਾਲੀ ਗੱਲ ਰਹੇਗੀ, ਕਿਉਂਕਿ ਅਮ੍ਰਿਤਾ ਦੀ ਐਂਟਰੀ ਲਈ ਪਿੱਚ ਵੀ ਤਿਆਰ ਹੋ ਚੁੱਕੀ ਹੈ ਤੇ 2022 ਦੀਆਂ ਚੋਣਾਂ ਦਾ ਮੈਦਾਨ ਵੀ ਬਿਲਕੁਲ ਨੇੜੇ ਹੈ। ਹੋ ਸਕਦਾ ਹੈ ਕਿ ਰਾਜਾ ਪ੍ਰਚਾਰ ਕਰਨ ਵਾਲੀ ਅਮ੍ਰਿਤਾ ਖੁਦ ਕਿਸੇ ਸੀਟ ਤੋਂ ਖੜੀ ਦਿਖਾਈ ਦੇ ਜਾਵੇ, ਜਾਂ ਫਿਰ ਉਹਨਾਂ ਲਈ ਸਿਆਸਤ ਸਿਰਫ ਰਾਜਾ ਵੜਿੰਗ ਦਾ ਸਾਥ ਦੇਣ ਤੱਕ ਸੀਮਤ ਰਹਿੰਦੀ ਹੈ। ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ। ਕੀ ਲੱਗਦਾ ਹੈ ਕਿ ਅਮ੍ਰਿਤਾ ਵੜਿੰਗ ਸਿਆਸਤ ਵਿੱਚ ਹਰਸਿਮਰਤ ਬਾਦਲ ਨੂੰ ਟੱਕਰ ਦੇ ਸਕਦੀ ਹੈ? ਆਪਣਾ ਜਵਾਬ ਦੇਣਾ ਨਾ ਭੁੱਲਣਾ।